ਸਤਿ ਸ਼੍ਰੀ ਅਕਾਲ, ਵੈਲਕਮ, ਕੀ ਹਾਲ ਚਾਲ, ਠੀਕ ਠਾਕ ਮੇਰੇ ਭੈਣ ਭਰਾ ਦਾ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੋਗ ਦੇ ਵਿੱਚ। ਅੱਜ ਦਾ ਵਲੋਗ ਹੈਗਾ ਯਾਨੀ ਕਿ ਅੱਜ ਸਾਰੇ ਕੰਮ ਤਾਂ ਆਪਣੇ ਕੰਪਲੀਟ ਹੋ ਗਏ ਆ ਤਕਰੀਬਨ, ਅਤੇ ਜਿਹੜੇ ਆਪਣੇ ਦਰਵਾਜ਼ੇ ਰਹਿ ਗਏ ਸੀ ਹੁਣ ਜੰਗਾਲ ਪੈਣ ਡਿਆ ਸੀ, ਅਤੇ ਕਾਫੀ ਦਿਨਾਂ ਦਾ ਮੈਂ ਚਲੋ ਹੁਣ ਉਹ ਕੰਮ ਆ ਗਿਆ ਵਾ ਸਾਡਾ, ਹੁਣ ਦਰਵਾਜ਼ੇ ਪੇਂਟ ਪੂੰਟ ਕਰਵਾ ਲਈਏ ਅਤੇ ਵੀਰ ਲੱਗਾ ਵਾ ਦਰਵਾਜ਼ੇ ਕਰ ਰਿਹਾ, ਅਤੇ ਰੇਕ ਮਾਰ ਪਹਿਲਾਂ ਲੱਗਣ ਡਿਆ ਵਾ, ਫਿਰ ਉਸ ਤੋਂ ਬਾਅਦ ਆਪਣਾ ਪ੍ਰਾਈਮਰ ਲੱਗੂਗਾ, ਪ੍ਰਾਈਮਰ ਤੋਂ ਬਾਅਦ ਫਿਰ ਆਪਣੇ ਹੋਣਗੇ ਰੰਗ। ਅਤੇ ਅੱਜ ਤਾਂ ਸ਼ਾਇਦ ਮੈਨੂੰ ਲੱਗਦਾ ਦਿਹਾੜੀ ਅੱਜ 'ਚ ਰੇਕ ਮਾਰ 'ਚ ਨਿਕਲ ਜਾਣੀ, ਰੇਕ ਮਾਰ ਲਾਉਣ ਦੇ ਵਿੱਚ ਹੀ ਸਾਰੀ। ਹਾਂ, ਜੰਗਾਲ ਜਿਹਾ ਬੜਾ ਚੜਿਆ, ਸਾਰਾ ਲਾਉਣਾ ਰੇਕ ਮਾਰ 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 ਕੇ। ਅੱਜ ਸੁੱਖਣਾ ਆਪਣੀ ਰਸੋਈ ਦੀ ਜਿਹੜੀ ਸਲੈਬ ਆ ਉਹ ਵੀ ਖੁੱਲ੍ਹ ਗਈ ਆ, ਅਤੇ ਪਲੇਟਾਂ ਪਲੂਟਾਂ ਨਿਕਲ ਗਈਆਂ, ਤਾਂ ਇੱਟਾਂ ਉੱਟਾਂ ਸਵੇਰਾ ਪਿਆ ਵੀ ਕੱਢ ਦਿੰਦੇ ਇੱਟਾਂ ਹੌਲੀ ਹੌਲੀ, ਅਤੇ ਚਲੋ ਸਲੈਬ 'ਤੇ ਸਫਾਈ ਸਫੂਈ ਕਰਕੇ ਅਤੇ ਸਿੰਕ ਲੱਗਣਾ ਵਾ, ਸਿੰਕ ਲਾ ਕੇ ਅਤੇ ਫਿਰ ਚਲੋ ਕੰਮ ਸ਼ੁਰੂ, ਫਿਰ ਆਪਾਂ ਇੱਧਰ ਕਰੀਏ ਤਿਆਰੀ ਆਉਣ ਦੀ, ਅੱਜ ਇਹ ਕੰਮ ਕਰਵਾ ਲਈਏ। ਅੱਜ ਆਪਣਾ ਇੱਕ ਬਾਹਰ ਦਰਵਾਜ਼ਾ ਵੀ ਲੱਗ ਜਾਣਾ ਜਾਲੀ ਵਾਲਾ, ਅਤੇ ਵੀਰ ਹੋਣਾ ਦਾ ਫੋਨ ਆਇਆ ਮਿਸਤਰੀ ਸਾਹਿਬ ਦਾ ਵੀ ਆਉਣ ਲੱਗੇ, ਮੈਂ ਆਇਓ ਅਤੇ ਉਹ ਵੀ ਲੱਗ ਜਾਣਾ, ਅੱਜ ਵਧੀਆ ਆਜੂ ਕੰਮ ਸਾਰਾ। ਓ ਜੀ, ਸਵੇਰ ਦਾ ਬ੍ਰੈਕਫਾਸਟ ਆ ਗਿਆ, ਤਾਂ ਗੁਰਬਾਜ ਸਿੰਘ ਵੀ ਖਾਣਗੇ, ਹੈ ਨਾ ਗੁਰਬਾਜ ਸਿੰਘ? ਟੇਪ ਲਾ ਦਿੱਤੀ ਹੈ? ਅੱਛਾ, ਟੇਪ ਲਾ ਦਿੱਤੀ ਹੈ। ਚਲੋ, ਨਾਲ ਆ ਗਈ ਗਰਮਾ ਗਰਮ ਚਾਹ, ਨਾਲ ਆ ਗਏ ਅਚਾਰ ਅਤੇ ਨਾਲ ਆ ਗਈਆਂ ਪਰੌਂਠੀਆਂ, ਸੋ ਖਾਂਦੇ ਹਾਂ ਜੀ। ਹਾਂਜੀ ਹਾਂਜੀ, ਕੀ ਹਾਲ ਚਾਲ ਦੋਸਤੋ? ਮੀਨੂ ਦਾ ਕੂਲਰ ਹੈ? ਅੱਛਾ, ਮੀਨੂ ਦਾ ਕੂਲਰ ਹੈ, ਉਹਨੂੰ ਟੇਪ ਲਾ ਦਿੱਤੀ ਹੈ? ਟੇਪ ਲਾ ਦਿੱਤੀ ਹੈ ਗੁਰਬਾਜ ਨੇ ਮੀਨੂ ਦੇ ਕੂਲਰ ਨੂੰ, ਉੱਥੇ ਜੋੜ ਜਾ ਸੀ ਨਾ, ਉਹਨੂੰ ਕਹਿਣ ਡਿਆ ਵੀ ਉਹ ਸਾਹਮਣੇ ਪਿਆ ਜੋੜ ਜਾ, ਉਹ ਉੱਥੇ ਕਹਿੰਦਾ ਟੇਪ ਲਾ ਦਿੱਤੀ ਉਹਨੂੰ। ਹਾਂ ਠੀਕ ਆ, ਕੀ ਫਿਸ਼ਾਂ ਵੇਖਣ ਜਾਣਾ? ਅੱਛਾ, ਵੇਖਣ ਜਾਣੀ ਆ ਫਿਸ਼ਾਂ, ਉੱਥੇ ਬਿਗ ਫਿਸ਼ ਹੁੰਦੀ ਆ? ਠੀਕ ਠੀਕ ਆ। ਅੱਛਾ, ਕਿੰਨੀ ਉੱਚੀ ਜਾਂਦੀ ਆ? ਉੱਪਰਲੀ ਸਾਈਡ ਹੁੰਦੀ ਆ? ਠੀਕ ਆ ਠੀਕ ਆ ਠੀਕ ਆ। ਅੱਛਾ 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 ਠੀਕ ਆ। ਆਪਣੇ ਲੱਕੜ ਵਾਲੇ ਭਾਈ ਪਹੁੰਚ ਚੁੱਕੇ ਆ, ਮੈਂ ਚਾਹ ਪਾਣੀ ਪਿਆਈਏ, ਅਤੇ ਬੂਹਾ ਬੂਹਾ ਫਿੱਟ ਹੋ ਜਾਏਗਾ ਅੱਜ ਆਪਣਾ ਦਰਵਾਜ਼ਾ, ਇੱਥੇ ਜਿਹੜਾ ਫਿੱਟ ਹੋ ਜੂਗਾ। ਮੈਂ ਕਿਹਾ ਸੈਂਟਰੀ ਵਾਲਾ ਵੀਰ ਵੀ ਆ ਗਿਆ, ਅਤੇ ਸੈਂਟਰੀ ਦਾ ਸਮਾਨ ਵੀ ਮੈਂ ਕਿਹਾ ਜਿਹੜਾ ਆਪਣਾ ਇੱਕ ਵਾਸ਼ ਵੇਸ਼ਨ ਰਹਿ ਗਿਆ ਲੱਗਣਾ ਵਾ ਉਹ ਵੀ ਲਵਾ ਲਈਏ, ਅਤੇ ਸਿੰਕ ਰਹਿ ਗਿਆ ਰਸੋਈ ਦਾ ਉਹ ਵੀ ਲਵਾ ਲਈਏ, ਨਾਲ ਦੇ ਨਾਲ ਸੈਟਿੰਗ ਕਰਵਾ ਲਈਏ ਸਾਰੀ, ਅਤੇ ਸਿੰਕ ਵੀ ਲੱਗਣਾ, ਹੱਥ ਲੇਰਾ ਜਿਹਾ ਸਾਂਭ ਦੀਏ ਨਾਲ, ਅੱਜ ਇੰਨਾ ਕੰਮ ਕਰ ਲਈਏ ਆਪਾਂ। ਮੈਂ ਕਰਾ ਲਈਏ ਪਹਿਲਾਂ ਵਾਸ਼ ਵੇਸ਼ਨ ਫਿੱਟ, ਅਤੇ ਉਸ ਤੋਂ ਬਾਅਦ ਫਿਰ ਵੇਖਦੇ ਹਾਂ, ਛੋਟਾ ਮੋਟਾ ਸਮਾਨ ਹੈਗਾ ਫਿੱਟ ਕਰਾਉਣ ਵਾਲਾ ਉਹ ਵੀ ਵੇਖਦੇ ਹਾਂ। ਪ੍ਰਾਈਮਰ ਹੋ ਰਿਹਾ ਆਪਣਾ, ਗੇਟ ਇੱਕ ਸਾਈਡ ਦੀ ਹੋ ਗਈ, ਇੱਕ ਸਾਈਡ ਰਹਿ ਗਈ ਜੇ ਜੇ ਹੋਈ ਸ਼ਾਮ ਤੱਕ। ਲਓ ਜੀ, ਆਪਣਾ ਜਿਹੜਾ ਸੈਂਟਰੀ ਵਾਲਾ ਕੰਮ ਉਹ ਸਾਰਾ ਕੰਪਲੀਟ ਹੋ ਗਿਆ ਵਾ, ਇੱਥੇ ਵਾਸ਼ ਵੀ ਲੱਗ ਗਿਆ ਬਾਹਰਲੀ ਸਾਈਡ 'ਤੇ, ਅਤੇ ਆਪਣਾ ਮਤਲਬ ਕੋਰਨਰ ਵੀ ਲੱਗ ਗਿਆ ਸਾਬਣ ਸੁਬਣ ਰੱਖਣ ਨੂੰ ਬਾਹਰ ਵਾਲੀ ਸਾਈਡ 'ਤੇ, ਅਤੇ ਇੱਥੇ ਥੋੜ੍ਹੀ ਜਿਹੀ ਗਲਤ ਪੈ ਗਿਆ ਛੇਕ, ਮਤਲਬ ਵੱਜ ਗਿਆ ਡਰਿੱਲ ਨਾਲ ਛੇਕ, ਲਾਉਣ ਡਿਆ ਵਾਲਾ ਕੋਰਨਰ ਇੱਧਰ ਲਾਉਣ ਡਿਆ, ਅਤੇ ਇੱਧਰੋਂ ਜਦੋਂ ਮਤਲਬ ਛੇਕ ਲੰਘ ਗਿਆ ਪੈਰ 'ਚ
ਫਿਰ ਪਾਣੀ ਲੀਕ ਹੋਣ ਲੱਗ ਪਿਆ, ਹੁਣ ਦੁਬਾਰਾ ਤੋੜ ਭੰਨ ਕਰਕੇ ਥੋੜ੍ਹਾ ਜਿਹਾ ਕੰਮ ਕਰਵਾਇਆ, ਕਰਵਾਉਣਾ ਪੈਣਾ ਵਾ। ਅਤੇ ਉਸ ਤੋਂ ਬਾਅਦ ਅੰਦਰ ਦੇ ਵੀ ਮੈਂ ਲਾ ਤੇ ਕੋਲਾ ਕੋਲਾ ਆਪ ਹੀ ਲੱਗਾ ਮਿਸਤਰੀ ਸਾਹਿਬ ਨਾਲ, ਉਹ ਆਹ ਕਰਨ ਡੇ ਸੀ ਆਪਣਾ ਸਿੰਕ ਦਾ ਕੰਮ। ਅਤੇ ਆਪਾਂ ਉੱਧਰ ਵੀ ਲੱਗੇ ਕੋਲਾ ਸਾਰੇ, ਆਪ ਹੁਣ ਤਾਂ ਸ਼ੈਂਪੂ ਸ਼ੈਂਪੂ ਰੱਖਣ ਨੂੰ, ਸਾਬਣ ਰੱਖਣ ਨੂੰ ਥੱਲੇ, ਜਿਹੜਾ ਖਰਾਬ ਨਹੀਂ ਹੁੰਦਾ ਗਿੱਲ ਗਿੱਲ ਨਾਲ ਕਿ ਗਲਦਾ ਨਹੀਂ ਸਾਬਣ ਥੱਲੇ। ਅਤੇ ਆਹ ਵੀ ਲੱਗ ਗਿਆ ਬਾਹਰ ਵਾਲਾ ਬਰੈਸ਼ ਰੱਖਣ ਨੂੰ, ਇੱਧਰ ਸਾਬਣ ਸੁਬਣ, ਇੱਧਰ ਟਾਵਲ ਟੰਗਣ ਨੂੰ ਵੀ ਲੱਗ ਗਿਆ ਸਿਸਟਮ ਸਾਰਾ ਵਧੀਆ ਹੋ ਗਿਆ। ਆਹ ਵੀ ਕੋਲਾ ਲੱਗ ਗਏ ਆ ਨੁੱਕਰ ਦੇ ਵਿੱਚ। ਇੱਧਰ ਆਪਾਂ ਤਾਂ ਨਹੀਂ ਲਾਏ ਕਿਉਂਕਿ ਇੱਧਰ ਟੈਪਾ ਪੂਪਾ ਅੱਗੇ ਵੀ ਉਦੋਂ ਛੇਕ ਮਾਰੇ ਅਤੇ ਨੁਕਸਾਨ ਹੋ ਗਿਆ, ਤਾਂ ਕਰਕੇ ਇੱਧਰ ਨਹੀਂ ਲਾਓ। ਸਾਹਮਣੇ ਸਾਈਡ ਲਾ ਦਿੱਤਾ, ਚਲੋ ਉੱਥੋਂ ਹੀ ਕੋਲਾ ਸਾਬਣ ਸੁਬਣ ਫੜ ਲੈਂਦਾ ਹੈ ਨਾ। ਅਤੇ ਆਹ ਸਾਰਾ ਆਪਣਾ ਕੰਪਲੀਟ ਹੋ ਗਿਆ ਵਾ, ਅਤੇ ਹੁਣ ਕੱਲ੍ਹ ਜਾਂ ਪਰਸੋਂ ਆਪਾਂ ਰੈਸ਼ ਕਰ ਲੈਣੀ ਹੈ ਇੱਥੇ, ਦੇਖਦੇ ਹਾਂ ਸਫਾਈ ਸਫੂਈ ਹੋਣ ਵਾਲੀ, ਇੱਟਾ ਉੱਟਾ ਚੁੱਕ ਦਈਏ। ਸਲੈਬ ਵੀ ਅੱਜ ਖੁੱਲ੍ਹ ਗਈ ਆ, ਸਾਰਾ ਕੰਮ ਹੋ ਗਿਆ ਵਾ ਕੰਪਲੀਟ ਆ ਹੁਣ। ਅਤੇ ਹੁਣ ਆਪਾਂ ਕਰ ਲੱਗੇ ਹਾਂ ਰੈਸ਼, ਅਤੇ ਬੂਹਾ ਵੀ ਲੱਗ ਗਿਆ ਇੱਕ ਬਾਹਰਲਾ ਜਾਲੀ ਵਾਲਾ। ਬਾਕੀ ਇਹ ਕੱਲ੍ਹ ਨੂੰ ਮਿਸਤਰੀ ਸਾਹਿਬ ਕਹਿਣ ਡੇ ਆ ਕਿ ਕੱਲ੍ਹ ਨੂੰ ਅੰਦਰ ਜਿਹੜੇ ਦਰਵਾਜ਼ੇ ਲੱਗਣੇ ਅੰਦਰ, ਅਤੇ ਕੱਲ੍ਹ ਨੂੰ ਆਵਾਂਗੇ। ਅਤੇ ਮੈਂ ਚੱਲ ਆਹ ਮੇਨ ਲੱਗ ਗਿਆ ਨਾ ਜਿਹੜਾ ਇੱਕ ਬੋਰ ਬਾਹਰੋਂ ਐਂਟਰੀ ਵਾਲਾ, ਇਹ ਮੇਨ ਹੁੰਦਾ, ਇਹ ਤਾਂ ਲੱਗ ਗਿਆ ਤਾਂ ਅੰਦਰ ਦੀ ਕੋਈ ਗੱਲ ਨਹੀਂ, ਇਹ ਅੰਦਰ ਫਿਰ ਮਤਲਬ ਸਮਾਨ ਪਿਆ ਵੀ ਹੋਊਗਾ ਤਾਂ ਵੀ ਲੱਗ ਜਾਊਗਾ, ਇੰਨਾ ਦੀ ਕੋਈ ਗੱਲ ਨਹੀਂ। ਅਤੇ ਨਾਲ ਦੇ ਨਾਲ ਆਪਣਾ ਗੇਟ ਵੀ ਹੋ ਚੱਲਿਆ ਸੁੱਖਣਾ, ਪ੍ਰਾਈਮਰ ਵੱਜ ਗਿਆ ਅੱਜ ਗੇਟ 'ਤੇ, ਅਤੇ ਕੱਲ੍ਹ ਰੰਗ ਹੋ ਜਾਊਗਾ ਗੇਟ ਵਧੀਆ। ਸ਼ੈਤਾਨੀ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ, ਜਗਮਗ ਪੂਰੀ ਹੋ ਗਈ ਆਪਣੇ ਸੁੱਖਣਾ, ਵਧੀਆ ਹੋ ਗਿਆ ਕੰਮ ਸਾਰਾ। ਅਤੇ ਇੱਕ ਦੋ ਦਿਨਾਂ ਤੱਕ ਆਪਾਂ ਹੁਣ ਰੈਸ਼ ਜਿਹੜੀ ਕਰ ਲੈਣੀ ਹੈਗੀ ਆ। ਆ ਕੀ ਲੈ ਕੇ ਆਇਆ, ਕਲੇਅ ਜੀ ਪਤਾ ਕੀ ਫੜਿਆ ਵਾ, ਹੁਣ ਕਦੀ ਮਰੋੜੀ ਜਾਂਦਾ, ਕਦੀ ਕੁਛ ਬਣਾ ਲੈਂਦਾ, ਤਾਂ ਕਦੀ ਕੁਛ ਬਣਾ ਲੈਂਦਾ। ਕੀ ਸੱਪ ਬਣਾ ਲੈਂਦਾ, ਨਵੀਂ ਤਕਨੀਕ ਕੱਢਦੀ ਕਿੰਨਾ ਵਾ ਸੱਪ ਬਣਾਉਣ, ਹੈਂ ਪਿੱਛੇ ਪਿੱਛੇ ਆਉਂਦਾ ਸੱਪ, ਅੱਛਾ ਡੱਡੂ ਨੂੰ ਖਾ ਗਿਆ ਸੱਪ, ਸੱਪ ਖਾ ਗਿਆ ਡੱਡੂ, ਠੀਕ ਆ ਠੀਕ। ਟਾਈਮ ਲਗਭਗ ਹੋ ਗਿਆ 9:30 ਦਾ, ਰੋਟੀ ਪਾਣੀ ਦਾ ਟਾਈਮ ਹੋ ਗਿਆ ਵਾ, ਅਤੇ ਰੋਟੀ ਪਾਣੀ ਵੀ ਕਰ ਲਈ ਹੈ ਤਿਆਰੀ, ਅਤੇ ਅੱਜ ਬਣਾਏ ਆ ਮਾਰੀ ਅਤੇ ਛੋਲੇ, ਮਤਲਬ ਬਾਜ਼ਾਰੋਂ ਲਿਆਏ, ਤੜਕਾ ਲਾਇਆ ਸੀ ਘਰ, ਅਤੇ ਉਹ ਬਹੁਤ ਸਵਾਦ ਹੁੰਦੇ ਆ, ਬਹੁਤ ਸਵਾਦ ਲੱਗਦੇ ਆ ਇਸ ਕਰਕੇ। ਅਤੇ ਨਾਲ ਇਹਨਾਂ ਦੇ ਮਸ਼ਹੂਰ ਮਸ਼ਹੂਰ ਚਾਵਲ, ਅੱਜ ਸੇਕ ਜ਼ਿਆਦਾ ਲੱਗ ਗਿਆ ਵਾ, ਚੱਲ ਫਿਰ ਅੱਜ ਸੇਕ ਜ਼ਿਆਦਾ ਲੱਗ ਗਿਆ ਜੀ ਚਾਵਲਾਂ ਨੂੰ, ਅੱਜ ਚਾਵਲ ਸੜ ਗਏ ਆ ਲੱਗ ਗਏ ਥੱਲੇ। ਚਲੋ ਆਹ ਵੀ ਜਿਹੜੇ ਰੜੇ ਜਿਹੇ ਬੜੇ ਸਵਾਦ ਲੱਗਦੇ, ਸਗੋਂ ਵਧੀਆ ਲੱਗਦੇ ਆ। ਚਲੋ ਵਧੀਆ ਲਿਆਓ ਰੋਟੀ। ਹੋਰ ਭੈਣ ਠੀਕ ਹੈ, ਹੋਰ ਹੋਰ ਜੀ ਭਾਈ ਠੀਕ ਹੈ, ਵਧੀਆ ਵਧੀਆ ਡੈਡੀ ਵੀ ਠੀਕ ਹੈ। ਉੱਧਰ ਹੀ ਗਏ ਸੀ ਅੱਜ ਭੈਣ ਵੱਲ, ਹਾਂਜੀ ਮੰਮੀ ਉੱਧਰ ਹੀ, ਹਰਗੁਣ ਆਈ ਓਏ ਗੁਰਬਾਜ ਸਿੰਘ, ਸਤਿ ਸ਼੍ਰੀ ਅਕਾਲ ਤਾਂ ਬੁਲਾਓ, ਤੂੰ ਵੀ ਬੁਲਾ ਹਰਗੁਣ, ਸਤਿ ਸ਼੍ਰੀ ਅਕਾਲ ਬੁਲਾਓ, ਸਤਿ ਸ਼੍ਰੀ ਅਕਾਲ ਲੱਗੇ। ਦੀਪ ਕਹਿੰਦਾ ਮੈਨੂੰ 11 ਵਜੇ ਰਾਤ ਦੇ, ਕਹਿੰਦਾ ਮੈਨੂੰ ਹੁਣੇ ਵਿਖਾ ਕੇ ਲਿਆਓ, ਮੈਂ ਚੱਲ ਭਰਾ ਤੈਨੂੰ ਹੁਣੇ ਵਿਖਾ ਦਿੰਦੇ ਆ ਦੀਪ ਨੂੰ ਵੱਧ, ਵਧੀਆ ਸਾਰਾ ਓਕੇ ਹੋ ਗਿਆ,
ਕੁੱਤੇ ਪੈ ਗਏ। ਹਾਂ ਠੀਕ ਹੈ ਨਾ, ਓਕੇ ਆ ਸਾਰਾ। ਆਪਣੇ ਘਰ ਆ ਕੇ ਬੈਠਾ ਜੀ ਗੁਰਬਾਜ ਸਿੰਘ। ਹਨਾ ਗੁਰਬਾਜ ਸਿੰਘ, ਪੱਖਾ ਲਾਇਆ ਵੱਡਾ ਤੇ ਨਜ਼ਾਰੇ ਲੈਣ ਡਿਆ ਹਵਾ ਦੀ ਠੰਡੀ ਠੰਡੀ ਦੇ। ਹਾਂਜੀ ਜੀ, ਨਾਲ ਮੇਰੇ ਬਾਰੇ ਖਾਸ ਭੈਣ ਭਰਾ ਵਾਸਤੇ ਸਾਡਾ ਵੀ ਨਾਲ ਲਾਓ ਲਾਓ ਦੇ ਵਿੱਚ ਇੱਕ ਮੇਰੀ ਭੈਣ ਹੈਗੀ ਰਣਜੀਤ ਕੌਰ ਜੀ ਤਰਨ ਤਾਰਨ ਤੋਂ, ਅਤੇ ਨਾਲ ਮੇਰੇ ਇੱਕ ਹੋਰ ਵੀਰ ਜੀ ਹੈਗੇ ਨੇ ਸੇਵਕ ਸਿੰਘ ਜੀ ਕਪੂਰਥਲੇ ਤੋਂ, ਅਤੇ ਨਾਲ ਮੇਰੇ ਇੱਕ ਹੋਰ ਵੀਰ ਜੀ ਹੈਗੇ ਨੇ ਜੀ ਪਰਮਿੰਦਰ ਸਿੰਘ ਜੀ ਗੁਰੂ ਸਪੇਨ ਤੋਂ, ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਗੁਰਪ੍ਰੀਤ ਕੌਰ ਜੀ ਤਰਨ ਤਾਰਨ ਤੋਂ, ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਸੁਰਿੰਦਰ ਕੌਰ ਜੀ ਬੰਗੇ ਤੋਂ, ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਕਿਰਨਦੀਪ ਕੌਰ ਜੀ ਐਂਡ ਗੁਰਸਹਿਜ ਸਿੰਘ ਜੀ ਫਿਰੋਜ਼ਪੁਰ ਤੋਂ, ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਸਿਮਰ ਕੌਰ ਜੀ, ਨਾਲ ਸਾਡੇ ਹੋਰ ਨੇ ਜੀ ਨਮਨ ਚਾਹਲ ਜੀ, ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਸ਼ਲੀਨ ਕੌਰ ਜੀ ਸਪੇਨ ਤੋਂ, ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਕਮਲਜੀਤ ਕੌਰ ਜੀ ਢਿੱਲੋਂ USA ਤੋਂ, ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਨੂਰ ਜੀ ਚੀਕਾ ਹਰਿਆਣੇ ਤੋਂ, ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜਸਪ੍ਰੀਤ ਪੁੰਨੂ ਜੀ। ਹਾਂਜੀ ਜੀ, ਫਿਰ ਕਿੱਦਾਂ ਲੱਗਾ ਇੱਦਾਂ ਬਲੌਗ? ਜੇ ਬਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਾ ਕਰੋ, ਅਤੇ ਨਾਲ ਦੇ ਨਾਲ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ। ਮਿਲਦੇ ਹਾਂ ਸੋਹਣੇ ਜਿਹੇ ਫੈਮਿਲੀ ਬਲੌਗ ਦੇ ਨਾਲ। ਬਾਏ ਬਾਏ।